it starts from the downfall of Mughal Empire. ਮੁਗਲਾਂ ਦੇ ਜ਼ਵਾਲ ਤੋਂ ਸ਼ੁਰੂ ਹੁੰਦਾ ਹੈ। ਇਹ ਕਤਲੇਆਮ ਬੰਦ ਕਰੋ ਬਿਲਾ ਇਮਤਿਆਜ਼। ਉਹਦੇ ਵਿੱਚ ਕੀ ਹਿੰਦੂ, ਕੀ ਸਿੱਖ, ਕੀ ਮੁਸਲਮਾਨ, ਜਿਹੜਾ ਇੰਡੀਅਨ ਸੀ ਉਹਨਾਂ ਦੀ ਲਾਸ਼ਾਂ ਦੀਆਂ ਪਹਾੜੀਆਂ ਬਣ ਗਈਆਂ ਸੀ। ਸ਼ਹਿਰ ਦੇ ਵਿੱਚ ਜਗ੍ਹਾ ਜਗ੍ਹਾ ਫਾਂਸੀ ਦਿੱਤੀ ਗਈ ਸੀ। ਅਸਲਾਮ ਅਲੈਕੁਮ, ਸਤਿ ਸ਼੍ਰੀ ਅਕਾਲ। ਅੱਜ ਅਸੀਂ ਆਪਣੇ ਦੇਖਣ ਵਾਲਿਆਂ ਨੂੰ ਉਸ ਹਸਤੀ ਦੇ ਰੂਬਰੂ ਕਰਵਾ ਰਹੇ ਹਾਂ ਜਿਹੜੀ ਕਿਸੇ ਤਾਰਫ ਦੀ ਮੁਹਤਾਜ ਨਹੀਂ ਹੈ। ਇੱਕ ਐਸੀ ਹਸਤੀ ਜਿਨ੍ਹਾਂ ਨੇ ਨਾ ਸਿਰਫ ਖਾਲਸਾ ਰਾਜ ਦੇ ਸਮੇਂ ਕੰਮ ਕੀਤਾ ਬਲਕਿ ਉਸ ਤੋਂ ਬਾਅਦ ਵੀ ਇਹਨਾਂ ਦੇ ਆਉਣ ਵਾਲੀਆਂ ਨਸਲਾਂ ਨੇ ਹੁਣ ਤੱਕ ਲਾਹੌਰ ਦੀ ਬੜੀ ਸੇਵਾ ਕਰ ਰਹੇ ਨੇ। ਮੇਰੀ ਮੁਰਾਦ ਸੈਯਦ ਸੈਫੁਦੀਨ, ਜਿਹੜੇ ਸੈਯਦ ਫਕੀਰਉਦੀਨ ਦੇ ਖਾਨਦਾਨ ਦੀ ਛਟੀ ਜਿਹੜੀ ਹੈ ਛੇਵੀਂ ਨਸਲ 'ਚੋਂ ਨੇ ਜੀ। ਅਸਲਾਮੁ ਅਲੈਕੁਮ, ਸਤਿ ਸ਼੍ਰੀ ਅਕਾਲ। ਮੈਂ ਰਾਣਾ ਸ਼ਵਾ ਸਾਹਿਬ ਤੁਹਾਡਾ ਅਤੇ ਤੁਹਾਡੇ ਚੈਨਲ ਖੋਜ ਦਾ ਕਿ ਤੁਸੀਂ ਵਕਤ ਕੱਢ ਕੇ ਮੇਰੇ ਕੋਲ ਤਸ਼ਰੀਫ ਲਿਆਏ ਅਤੇ ਅੱਜ ਤੁਸੀਂ ਜਿਹੜੇ ਜਿਸ ਟੋਪਿਕ ਨੂੰ ਛੇੜ ਰਹੇ ਹੋ ਇਹ ਟੋਪਿਕ ਬੜਾ ਹੀ ਇੰਪੋਰਟੈਂਟ ਹੈ। ਇਹ ਸਾਡੇ ਪੰਜਾਬ ਦੀ ਤਾਰੀਖ ਹੈ ਜਿਹਨੂੰ ਅਸੀਂ ਐਕਸਪਲੇਨ ਕਰਨਾ, ਤੁਹਾਨੂੰ ਦੱਸਣਾ ਵਿਦ ਰਿਕਾਰਡਡ ਐਵੀਡੈਂਸ ਅਤੇ ਪ੍ਰਾਇਮਰੀ ਸੋਰਸ ਜਿਹਨੂੰ ਅਸੀਂ ਕਹਿੰਦੇ ਹਾਂ ਉਹਦੇ ਨਾਲ ਅਸੀਂ ਗੁਫ਼ਤਗੂ ਕਰਾਂਗੇ ਅਤੇ ਤੁਹਾਨੂੰ ਐਜੂਕੇਟ ਕਰਾਂਗੇ 19th century of ਪੰਜਾਬ, 19th ਸਦੀ ਈਸਵੀ ਦਾ ਪੰਜਾਬ ਕੀ ਸੀ। 19th ਸਦੀ ਈਸਵੀ ਦੇ ਪੰਜਾਬ ਨੂੰ ਦੇਖਣ ਅਤੇ ਸਮਝਣ ਵਾਸਤੇ ਤੁਹਾਨੂੰ 18th ਸਦੀ ਈਸਵੀ ਦਾ ਪੰਜਾਬ ਜ਼ਰੂਰ ਜਾਣਨਾ ਚਾਹੀਦਾ ਹੈ ਕਿ ਪੰਜਾਬ ਦੇ ਨਾਲ ਸਾਡਾ ਲਾਹੌਰ ਦੇ ਵਿੱਚ ਕੀ ਹੋ ਰਿਹਾ, ਲਾਹੌਰ ਦਾ ਮਾਹੌਲ, ਸਿਆਸੀ ਮਾਹੌਲ ਕੀ ਸੀ। ਅਤੇ ਅਸੀਂ ਇਹਨਾਂ ਚੀਜ਼ਾਂ ਨੂੰ ਜ਼ਰਾ ਗੌਰ ਨਾਲ ਦੇਖੀਏ ਫਿਰ ਸਾਨੂੰ 19th ਸਦੀ ਦਾ ਪੰਜਾਬ ਸਮਝ ਆਏਗਾ। ਬਿਲਕੁਲ, ਇਹ ਬੜੀ ਇੰਪੋਰਟੈਂਟ ਗੱਲ ਹੈ। ਜਿਸ ਵੇਲੇ ਵੀ ਤੁਸੀਂ ਕਿਸੇ ਹਿਸਟਰੀ ਦਾ ਜਾਇਜ਼ਾ ਲੈਂਦੇ ਹੋ ਤਾਂ ਸਪੈਸੀਫਿਕ ਇੱਕ ਜਗ੍ਹਾ ਤੋਂ ਹਿਸਟਰੀ ਨਹੀਂ ਪੜ੍ਹਦੇ, ਉਹਦੇ ਮੁਰਾਕਾਤ ਕੀ ਨੇ, ਉਹ ਸਿਲਸਿਲਾ ਕੀ ਹੈ, ਇਹ ਕਿਸ ਤਰ੍ਹਾਂ ਇਹ ਹਿਸਟਰੀ ਡਿਵੈਲਪ ਹੋਈ ਹੈ ਅਤੇ ਉਹਦੇ ਪਿੱਛੇ ਇੱਕ ਬਾਕਾਇਦਾ ਤਾਰੀਖ ਹੈ, ਇੱਕ ਇਤਿਹਾਸ ਹੈ। ਉਸ ਇਤਿਹਾਸ ਨੂੰ ਜਾਣਨਾ ਬੜਾ ਜ਼ਰੂਰੀ ਹੈ। ਸਾਡੇ ਮੁਰਖੀਨ ਨੇ, ਸਾਡੇ ਹਿਸਟੋਰੀਅਨਸ ਨੇ ਇਹ ਤਾਰੀਖ ਪੰਜਾਬ, ਇਸ ਤੋਂ ਇਲਾਵਾ ਬੇਸ਼ੁਮਾਰ ਜਿਹੜਾ ਤਾਰੀਖ ਲਾਹੌਰ, ਬੇਸ਼ੁਮਾਰ ਜਿੰਨੀ ਵੀ ਤਾਰੀਖਾਂ ਲਿਖੀਆਂ ਗਈਆਂ ਨੇ ਉਹਨਾਂ ਦੇ ਵਿੱਚ ਇੱਕ ਚੀਜ਼ ਦਾ ਜ਼ਿਕਰ ਜ਼ਰੂਰ ਕੀਤਾ ਹੈ ਅਤੇ ਸਾਡੇ ਅੱਜ ਦੇ ਹਿਸਟੋਰੀਅਨ ਉਹਨੂੰ ਨਜ਼ਰਅੰਦਾਜ਼ ਕਰਦਾ ਹੈ। ਉਹ ਜਿਹੜਾ ਤਾਰੀਖ ਦਾ ਜ਼ਿਕਰ ਕੀਤਾ ਉਹਦੇ ਵਿੱਚ ਸਭ ਤੋਂ ਇੰਪੋਰਟੈਂਟ ਜਿਹੜੀ ਗੱਲ ਹੈ ਉਹ ਦੱਸਦੇ ਨੇ ਕਿ ਜਿਹੜੀ 18th ਸਦੀ ਈਸਵੀ ਦਾ ਪੰਜਾਬ ਸੀ, ਇਟ ਸਟਾਰਟਸ ਫਰੋਮ ਦੀ ਡਾਊਨਫਾਲ ਆਫ ਮੁਗਲ ਅੰਪਾਇਰ। ਮੁਗਲਾਂ ਦੇ ਜ਼ਵਾਲ ਤੋਂ ਸ਼ੁਰੂ ਹੁੰਦਾ। 1730 ਦੇ ਵਿੱਚ ਸਭ ਤੋਂ ਪਹਿਲੇ ਇੱਥੇ ਨਾਦਰ ਸ਼ਾਹ ਦੁਰਾਨੀ ਜਾਂ ਨਾਦਰ ਸ਼ਾਹ ਅਫਸ਼ਾਰ ਜਿਹਨੂੰ ਅਸੀਂ ਆਉਂਦੇ ਹਾਂ ਉਹਦਾ ਹਮਲਾ ਹੁੰਦਾ ਲਾਹੌਰ। ਨਵਾਬ ਜ਼ਕਰੀਆ ਖਾਨ ਦੇ ਕੋਲ ਹੁੰਦਾ ਅਤੇ ਨਵਾਬ ਜ਼ਕਰੀਆ ਖਾਨ ਗਵਰਨਰ ਆਫ ਲਾਹੌਰ ਸੀ। ਉਹਨੇ ਜਿਸ ਵੇਲੇ ਇਹਨਾਂ ਨੂੰ ਇਹ ਆ ਕੇ ਇਹਨਾਂ ਦਾ ਲਸ਼ਕਰ ਆ ਕੇ ਇੱਥੇ ਸ਼ਾਦਰੇ ਦੇ ਉੱਤੇ ਖੜ੍ਹਾ ਹੋਇਆ ਅਤੇ ਇਹਨਾਂ ਨੇ ਨੈਗੋਸੀਏਸ਼ਨਸ ਕੀਤੀਆਂ ਕਿ ਲਾਹੌਰ ਨੂੰ ਸਰ ਲੂਟ ਹੋਣਾ। ਉਸ ਤੋਂ ਪਹਿਲੇ ਇਹ ਚੀਜ਼ ਦੱਸਣੀ ਬੜੀ ਜ਼ਰੂਰੀ ਹੈ ਕਿ ਪੰਜਾਬ ਅਟਕ ਦੇ ਕਿਲੇ ਤਿਕਰ ਪੰਜਾਬ ਸੀ। ਬਿਲਕੁਲ, ਇਹਨਾਂ ਨੇ ਅਟਕ ਦਾ ਕਿਲਾ ਫਤਿਹ ਕੀਤਾ, ਛੋਟੇ ਛੋਟੇ ਕਿਲੇ ਹੋਰ ਫਤਿਹ ਕੀਤੇ, ਅਟਕ ਤੋਂ ਚੱਲ ਕੇ ਇਹ ਤਕਸਲਾ ਆਏ, ਤਕਸਲਾ ਤੋਂ ਹੁੰਦਿਆਂ ਜੀ ਟੀ ਰੋਡ ਦੇ ਜ਼ਰੀਏ ਇਸ ਲਾਹੌਰ ਤਿਕਰ ਪਹੁੰਚ ਗਏ। ਇਹਨਾਂ ਨੇ ਦਰਿਆ ਕ੍ਰੋਸ ਕੀਤੇ। ਜਿਸ ਵੇਲੇ ਲਾਹੌਰ ਤਿਕਰ ਪਹੁੰਚੇ ਅਤੇ ਲਾਹੌਰ ਦੀ ਆਵਾਮ ਬੜੀ ਪਰੇਸ਼ਾਨ ਹੋਈ। ਇਹਨਾਂ ਦੇ ਨਾਲ 40,000 ਤੋਂ ਜ਼ਿਆਦਾ ਸਿਪਾਹੀ ਸਨ। ਲਾਹੌਰ ਇੰਨੇ ਵੱਡੇ ਮੁਕਾਬਲੇ ਵਾਸਤੇ ਤਿਆਰ ਨਹੀਂ ਸੀ, ਨਾ ਹੋ ਕਦੀ ਹੋ ਸਕਦਾ ਸੀ, ਕਿਉਂਕਿ ਇਟ ਵਾਜ਼ ਵੀਕ ਹਕੂਮਤ, ਕਮਜ਼ੋਰ ਹਕੂਮਤ ਸੀ ਮੁਗਲਾਂ ਦੀ। ਉੱਥੇ ਦਿੱਲੀ ਦੇ ਵਿੱਚ ਮੁਗਲ ਬਾਦਸ਼ਾਹ ਮੁਹੰਮਦ ਸ਼ਾਹ ਦਾ ਦੌਰ ਸੀ। ਇਹ ਜਿਸ ਵੇਲੇ ਲਾਹੌਰ ਆਏ ਅਤੇ ਲਾਹੌਰ ਦੇ ਗਵਰਨਰ ਨੇ ਇਹਨਾਂ ਨੇ ਨੈਗੋਸੀਏਸ਼ਨ ਕੀਤੀ ਤਾਂ ਉਹਨੇ ਇੰਨਾ ਜ਼ਿਆਦਾ ਪੈਸਾ ਮੰਗ ਲਿਆ
ਜਿਹੜਾ ਸਰਕਾਰ ਕੋਲ ਦੇਣ ਦੀ ਗੁੰਜਾਇਸ਼ ਨਹੀਂ ਸੀ। ਸਰਕਾਰੀ ਖਜ਼ਾਨੇ ਬਿਲਕੁਲ ਖਾਲੀ ਹੋ ਗਏ, ਯਾਨੀ ਕਿ ਅਗਲੇ ਮਹੀਨੇ ਦੀ ਫੌਜ ਦੀ ਅਤੇ ਐਡਮਿਨਿਸਟ੍ਰੇਸ਼ਨ ਦੀ ਤਨਖਾਹ ਦੇਣ ਦੇ ਵਾਸਤੇ ਪੈਸਾ ਨਹੀਂ ਸੀ। ਅਤੇ ਇਹਨਾਂ ਨੂੰ ਇਹਨਾਂ ਨੇ ਗਵਰਨਰ ਸਾਹਿਬ ਨੇ, ਗਵਰਨਰ ਨਵਾਬ ਜ਼ਕਰੀਆ ਖਾਨ ਨੇ ਲਾਹੌਰ ਸ਼ਹਿਰ ਦੇ ਮਾਇਦੀਨ ਨੂੰ ਇਕੱਠਾ ਕੀਤਾ ਅਤੇ ਉਹਨਾਂ ਨੂੰ ਕਿਹਾ ਕਿ ਪੈਸੇ ਦਿਓ, ਟੈਕਸ ਦਿਓ, ਕੋਈ ਚੀਜ਼ ਦਿਓ ਕਿ ਅਸੀਂ ਤੁਹਾਡੀ ਜਾਨ ਔਰ ਮਾਲ ਦੀ ਹਿਫਾਜ਼ਤ ਕਰ ਸਕੀਏ। ਸੋ ਇਹ ਚੀਜ਼ ਵੀ ਲਿਖੀ ਗਈ ਹੈ ਹਿਸਟਰੀ ਦੇ ਵਿੱਚ ਕਿ ਲਾਹੌਰ ਸ਼ਹਿਰ ਦੇ ਵਿੱਚ ਘਰਾਂ ਦੇ ਵਿੱਚ ਕੋਈ ਪਿੱਤਲ ਤਾਂਬੇ ਦਾ ਭਾਂਡਾ ਨਹੀਂ ਸੀ ਰਿਹਾ ਅਤੇ ਉਹਨਾਂ ਨੇ ਸਭ ਕੁਛ ਹੀ ਆਪਣਾ ਨਿਛਾਵਰ ਕਰਕੇ ਆਪਣੀ ਜਾਨਾਂ ਨੂੰ ਅਤੇ ਆਪਣੇ ਬਾਕੀ ਮਾਲ ਨੂੰ, ਆਪਣੀ ਔਲਾਦਾਂ ਨੂੰ ਬਚਾਇਆ। ਇਹੀ ਫਿਰ ਅੱਗੇ ਜਾਂਦਾ, ਪਾਣੀਪਤ ਦੇ ਵਿੱਚ ਮਰੇਠਾ ਨਾਲ ਜੰਗ ਹੁੰਦੀ ਹੈ ਅਤੇ ਪਾਣੀਪਤ ਦੇ ਵਿੱਚ ਤੀਸਰੀ, ਦਿਸ ਵਾਜ਼ ਦੀ ਥਰਡ ਬੈਟਲ ਆਫ ਪਾਣੀਪਤ, ਇਹ ਮਰੇਠਾ ਨੂੰ ਸ਼ਿਕਸਤ ਦਿੰਦਾ ਅਤੇ ਉਸ ਤੋਂ ਬਾਅਦ ਇਹ ਦਿੱਲੀ ਪਹੁੰਚ ਜਾਂਦਾ। ਦਿੱਲੀ ਦੇ ਵਿੱਚ ਇਹ ਮੈਸੇਕਰ ਕਰਦਾ, ਇਹਦਾ ਜਿਹੜਾ ਮੈਸੇਕਰ ਹੈ ਅਲਮਾਨ, ਦੁਨੀਆ ਦੀ ਤਾਰੀਖ ਅਤੇ ਦੁਨੀਆ ਇਸ ਮੈਸੇਕਰ ਨੂੰ ਭੁੱਲ ਜਾਂਦੀ ਹੈ ਜਿਹੜਾ ਤਾਤਾਰੀ ਕਰਦੇ ਸਨ, ਜਿਹੜੀ ਦੁਨੀਆ ਦੇ ਸਭ ਤੋਂ ਜ਼ਾਲਮ ਹਕੂਮਰਾਨ ਜਿਹੜੇ ਕਰਦੇ ਸਨ, ਉਸ ਮੈਸੇਕਰ ਨੂੰ ਭੁੱਲ ਜਾਂਦੀ ਹੈ। 7 ਦਿਨ ਦਿੱਲੀ ਨੂੰ ਕਤਲੇਆਮ ਕੀਤਾ ਗਿਆ। ਹੁਣ ਬੇਸਿਕਲੀ ਇਹ ਅਫਗਾਨੀ ਜਿਹੜੇ ਸਨ, ਇਹ ਇਰਾਨੀ ਵੀ ਕਹਿੰਦੇ ਸਨ, ਬੇਸਿਕਲੀ ਇਹਦਾ ਰੂਲ ਅਫਗਾਨ ਇਰਾਨ ਤੋਂ ਵੀ ਚੱਲ ਰਿਹਾ ਸੀ। ਇਰਾਨ ਦੇ ਵਿੱਚ ਇੱਕ ਰਵਾਇਤ ਹੈ ਕਿ ਅਗਰ ਮੈਂ ਨੰਗੇ ਪਾਉਂ ਜੁੱਤੀ ਲਾ ਕੇ ਤੁਹਾਡੇ ਘਰ ਦਾਦ ਰੱਸੀ ਵਾਸਤੇ ਜਾਵਾਂਗਾ, ਤੁਹਾਡੇ 'ਤੇ ਫਰਜ਼ ਹੋ ਜਾਂਦਾ ਮੇਰੀ ਦਾਦ ਰੱਸੀ ਕੀਤੀ ਜਾਏ। ਅਤੇ ਮੁਹੰਮਦ ਸ਼ਾਹ ਲਾਲ ਕਿਲੇ ਤੋਂ ਚੱਲਦਾ ਅਤੇ ਜਾਮਿਆ ਮਸਜਿਦ ਦਿੱਲੀ ਤੀਕਰ ਪਹੁੰਚਦਾ। ਜਿਸ ਵੇਲੇ ਦਿੱਲੀ ਤੀਕਰ ਜਾਮਿਆ ਮਸਜਿਦ ਜਾਂਦਾ ਅਤੇ ਉਹਨੂੰ ਬਾਹਰ ਡਿਊੜੀ 'ਚ ਬਿਠਾ ਦਿੱਤਾ ਜਾਂਦਾ। ਇਹੀ ਵਕਤ ਅਸਰ ਦਾ ਹੁੰਦਾ, ਉਹਨੇ ਇਹ ਫਰਿਆਦ ਕਰਦਾ ਮੇਰੀ ਮੁਲਾਕਾਤ ਕਰਾਓ। ਉਹ ਕਹਿੰਦੇ ਜੀ ਅਸਰ ਦੀ ਨਮਾਜ਼ ਪੜ੍ਹ ਰਹੇ ਨੇ, ਫਿਰ ਕਹਿੰਦੇ ਜੀ ਇਬਾਦਤ ਫਰਮਾ ਰਹੇ ਨੇ, ਫਿਰ ਕਹਿੰਦੇ ਜੀ ਮਗਰਬ ਦੀ ਨਮਾਜ਼ ਪੜ੍ਹ ਰਹੇ ਨੇ, ਫਿਰ ਜੀ ਖਾਣਾ ਤਨਾਵਲ ਕਰ ਰਹੇ ਨੇ, ਫਿਰ ਹੁਕਮ ਆਉਂਦਾ ਕਿ ਜੀ ਉਹ ਇਸ਼ਾ ਪੜ੍ਹ ਰਹੇ ਨੇ, ਇਸ਼ਾ ਤੋਂ ਬਾਅਦ ਨਫਲਾਂ ਉਹਨਾਂ ਨੇ ਨਹੀਂ। ਦੂਸਰੇ ਦਿਨ ਸੁਬਹ ਇਹਦੀ ਮੁਲਾਕਾਤ ਹੁੰਦੀ ਹੈ, ਫਰਿਆਦ ਕਰਦਾ ਕਿ ਖੁਦਾ ਦਾ ਵਾਸਤਾ ਇਸ ਮੈਸੇਕਰ ਨੂੰ ਬੰਦ ਕਰਾ, ਇਹ ਕਤਲੇਆਮ ਬੰਦ ਕਰਾਓ ਬਿਲਾ ਇਮਤਿਆਜ਼। ਉਹਦੇ ਵਿੱਚ ਕੀ ਹਿੰਦੂ, ਕੀ ਸਿੱਖ, ਕੀ ਮੁਸਲਮਾਨ, ਜਿਹੜਾ ਇੰਡੀਅਨ ਸੀ, ਉਹਨਾਂ ਦੀ ਲਾਸ਼ਾਂ ਦੀਆਂ ਪਹਾੜੀਆਂ ਬਣ ਗਈਆਂ ਸੀ। ਸ਼ਹਿਰ ਦੇ ਵਿੱਚ ਜਗ੍ਹਾ ਜਗ੍ਹਾ ਫਾਂਸੀ ਦਿੱਤੀ ਗਈ ਸੀ, ਇਹਨਾਂ ਨੂੰ ਕਤਲ ਕਰਕੇ ਇਹਨਾਂ ਦੀ ਲਾਸ਼ਾਂ ਲਟਕਾ ਦਿੱਤੀਆਂ ਦਰਖਤਾਂ ਨਾਲ ਅਤੇ ਚੁਰਾਹਿਆਂ 'ਚ ਲਟਕਾ ਦਿੱਤੀਆਂ ਗਈਆਂ ਸੀ। ਉਹਨੇ ਮੁਹੰਮਦ ਸ਼ਾਹ ਨੇ ਪੁੱਛਿਆ ਕਿ ਆਪ ਮੁਝਸੇ ਚਾਹਤੇ ਕਿਆ, ਅਤੇ ਅਹਿਮਦ ਸ਼ਾਹ ਅਬਦਾਲੀ ਦਾੜੀ ਖੁੜ ਕਰਦਾ ਇਸ, ਕਹਿੰਦਾ ਸੁਨਾ ਤੁਹਾਰੇ ਪਾਸ ਤਖਤੇ ਤਾਊਸ ਹੈ, ਔਰ ਹਜ਼ੂਰ ਆਪਕੋ ਦੀਆ, ਇਤਨੇ ਹੀਰੇ ਜਵਾਹਰਾਤ ਹੈ ਹਜ਼ੂਰ ਆਪਕੋ ਦੀਏ, ਤੋ ਇੱਕ ਰਿਕਾਰਡ ਕੇ ਹਵਾਲੇ ਸੇ, ਤਾਰੀਖੀ ਰਿਕਾਰਡ ਕੇ ਹਵਾਲੇ ਸੇ, ਕੁਛ 48 ਬੁਲ ਕੋਟਸ, ਬੈਲ ਗਾੜੀਆਂ ਭਰ ਕੇ ਹੀਰੇ ਜਵਾਹਰਾਤ, ਚਾਂਦੀ, ਸੋਨਾ, ਅਤਲਸ ਅਤੇ ਮੁਖਤਲਿਫ ਕਮਾਲ ਕਿਸਮ ਦੀਆਂ ਚੀਜ਼ਾਂ ਲੈ ਕੇ ਇੱਥੋਂ ਵਾਪਸ ਜਾਂਦਾ। ਮੈਨੂੰ ਜ਼ਹਿਨੀ ਤੌਰ 'ਤੇ ਇਹ ਬਿਮਾਰ ਹੁੰਦਾ, ਇਹਨੂੰ ਕੋਈ ਤਕਲੀਫ ਹੈ, ਉਸ ਤੋਂ ਬਾਅਦ ਹੀ ਡਾਈਡ ਦੇਅਰ। ਉਹਦੇ ਮਰਨ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਉਹ ਫੌਜ ਦੇ ਨਾਲ ਆਇਆ ਹੁੰਦਾ, ਉਹਨੂੰ ਪਤਾ ਹੈ ਕਿ ਇਹ ਜਿਹੜਾ ਇਹ ਪੰਜਾਬ ਆ ਕੇ ਅਤੇ ਦਿੱਲੀ ਤੀਕਰ ਪਹੁੰਚ ਕੇ ਇਹ ਮਾਲੋ ਮਾਲ ਅਮੀਰ ਹੋ ਗਏ ਸਨ, ਸੇ ਉਹਨਾਂ ਨੇ ਵੀ ਇਹ ਰਸਤਾ ਇਖਤਿਆਰ ਕਰ ਦਿੱਤਾ। ਅਹਿਮਦ ਸ਼ਾਹ ਅਬਦਾਲੀ ਲਾਹੌਰ ਆਇਆ ਅਤੇ ਲਾਹੌਰ 'ਤੇ ਰੂਲ ਕੀਤਾ, ਟੈਕਸ 'ਤੇ ਸਾਰਾ ਪਹਿਲੇ ਦੇ ਚੁੱਕੇ ਸਨ, ਲੋਕਾਂ ਦੇ ਕੱਪ ਭਾਂਡੇ ਟਿੰਡੇ ਵਿਕ ਗਏ ਸਨ, ਹੀ ਸਟਾਰਟ ਰੂਲਿੰਗ ਲਾਹੌਰ। ਇਹ ਹਰ ਸਾਲ ਲਾਹੌਰ ਆਉਂਦੇ ਸਨ, ਮੌਨਸੂਨ ਤੋਂ ਪਹਿਲੇ ਵਾਪਸ ਚਲੇ ਜਾਂਦੇ ਸੀ, ਸਰਦੀਆਂ ਦੇ ਵਿੱਚ ਲਾਹੌਰ ਆਉਂਦੇ ਸੀ, ਅਤੇ ਸਾਡੇ ਜਿਹੜੇ ਸਰਦੀਆਂ ਦੇ ਦਿਨ ਨੇ ਉਹਦੇ ਵਿੱਚ ਸਾਡੀ ਗੰਦਮ ਦੀ ਕਟਾਈ ਹੁੰਦੀ ਹੈ, ਇੱਥੋਂ ਹਾਰਵੈਸਟ ਕਰਦੇ ਸਨ, ਇਹਨਾਂ 'ਤੇ ਲਗਾਨ ਲਾਉਂਦੇ ਸਨ, ਇਹਨਾਂ ਦੀ ਗੰਦਮ ਉਠਾਉਂਦੇ ਸਨ। ਸਿਰਫ ਇਹ ਨਹੀਂ ਸਨ ਕਿ ਲੂਟ ਕੇ ਜਾਂਦੇ ਸਨ, ਹੁਕਮ ਸੀ ਕਿ ਮੇਰਾ ਫੌਜੀ ਕਿਸੇ ਦੇ ਘਰ ਜਾ ਕੇ ਕੁਛ ਵੀ ਚੀਜ਼ ਲਵੇ, ਕੋਈ ਉਹਨੂੰ ਡੱਕ ਨਹੀਂ ਸਕਦਾ, ਘਰਾਂ ਦੇ ਦਰਵਾਜ਼ੇ ਲਾਣੇ,
जिन्हें घर का बूआ लाया उस घर को तबाह कर दिया, तो बूए तिकर पुट के लै गए सन। सिर्फ एक टाट लाने की हुक्म सी, तो जिसने वापस जाते सन यह साढ़े शहर दियाँ कुड़ियां नू बच्चियां नू अपने नाल बांधी बना के लै जाते सन। तो जिसने बांधी बना के लै जाते सन तो उत्थे जा के समरकंद की ना अने जी इतले अफगानिस्तान के जाके काबुल तो उन्होंने मुख्तलिफ इलाके जाके इन बच्चियों को सेल करते से। तो पैसे फिर बाकी सरकार जमा हो जाते। यह सिलसिला जनाबे वाला कुछ तकरीबन 70 साल तकर चलिया। साढ़े मोरखीन लिखते ने, साढ़े हिस्टोरियंस लिखते ने कि यह मामला जड़ा सी इनू कहंदे ने 70 सदमे। अब आप सिर्फ अंदाज़ा करो, तुसी लाहौर दे रहण वाले हो, तुहाडे शहर लाहौर दा तुसी 19वीं सदी च होवो 18वीं सदी च होवो, तो बाहरों कोई ऐ लोग आन तुहानू लूट के चले जाण, तुहाडे तुहाडे माल तुहाडी औलाद तुहाडे फैमिली वॉज नॉट प्रोटेक्टेड, की हाल होएगा उस नेशन दा, की हाल होएगा। हुण जनाब तारीख सानू यह दसदी है कि लाहौर दे लोग, लाहौर दे मायदीन इस सिस्टम तो बड़े परेशान से। इहदे नाल एक पैरल तारीख चल रही है क्योंकि इस सर्दियाँ गुजार के मानसून तो पहले पहले वापस चले जाते सन। तो दूसरी तरफ पूरे पंजाब दे विच सिखां ने जा बजा अपनी 12 मिसलां कायम कर लेती हैं। मिसल तुसी समझते ही हो ना, जत्थे नूं कहिंदे ने, 12 मिसलां कायम कर लेती हैं। उन्हां 12 मिसलां दे विच उन्हां दे बड़े इंट्रस्टिंग नाँ ने, उन्हां दी खसलत तो भी ने तो उन्हां दे इलाकियां तो भी ने, जिहदे विच बड़ी इंपॉर्टेंट मिसल सी कन्हैया मिसल, सक्कर चुकिया मिसल, आलू वालिया मिसल, करोड़िया मिसल, फैजपुरिया दी मिसल, निशानिया दी मिसल, शहीदां दी मिसल, यह मिला के निकईयां दी मिसल, तो पंगिया दी मिसल, यह सारे मिल मिला के ना 12 मिसलां सन। तो इन्होंने पंजाब ते भी रूल करते सन। अच्छा, तुहानू बड़े मज़े की गल दसा, आई रेड, मैं हुणे रिसेंटली एक जगह एक किताब में पढ़िया, इन्होंने मिसलां सिर्फ सिख नहीं सन, मुसलमान भी सिखां लई होलियां बना के इस मिसल दे नाल, क्योंकि रोज़गार का बड़ा मसला सी। दे वर ऑलसो दी पार्ट ऑफ दोज मिसल्स, और लूटमार करते सन। यह आपस में दुशहरे के वक्त दरबार साहब कट्ठे होंदे सन अमृतसर, तो अपनी डिस्प्यूट उत्थे सैटल भी कर देंदे सन। 1764 की यह गल है। 1764 के विच की होंदा, अहमद शाह अब्दाली इत्थों वापस जांदा, तो आलू वाली मिसल का सरदार जस्सा सिंह आलू वाली अपने 10-12 फौजियों नाल, अपने 10-12 घोड़सवारों नाल शहर लाहौर का चक्कर लाते। वो की देखता है शहर लाहौर के विच आहो पुकार पई है, लोग चीख रहे ने, रो रहे ने, औरतां पिट रही ने, तो क्या मसला हुआ? वो कहते ने इस बार तो यह जुलम कर गया, इन्ना जुलम किया, पहले 200-400 बच्चे साढ़े चुके लै जाता सी हर साल, ऐतकी तो इन जालिम के बच्चे ने 2400 से 2500 बच्चे साढ़े अगवा करके लै गए, बच्चे तो बच्चे कहता तुम्हें रोकना सी उन्होंने। उन्हें कह जी तलवार दे अगे असी सिविलियंस की कर सकते, असी किसान रोकी। उन्होंने कहा चलो मैं कुछ करना। फिर आलूवालिया ने उन्हें अपनी फौज बुलवाई, तो यह जिसने कॉनवाय आस्ता आस्ता जा रहा है तो गुजरात तिकर पहुँचा, तो ही अटैक्ट अहमद शाह अब्दाली, उतों साड़ी बच्चियां जड़े अगवा करके लैके जा रहे सन आलूवालिया, जैसा सिंह आलूवालिया ने उन्होंने रेस्क्यू किया, वो जड़ा माल असबाब लुट के जा रहे सन वो भी इन्होंने रेस्क्यू किया, तो बच्चियां अपने सफाइयों के जरिए अपने अपने घर महफूज कर किया। इनू चढ़ गया बड़ा गुस्सा, यह कहता है कि मोड़ो तो इन्होंने सिखा की ऐसी तैसी करिए। फिर वो मुसाहिब ने कहा कि जी गल तो सिखा ने कितने जाना है, असी अगले साल आवेंगे तो इन्हों का हिसाब करा, क्योंकि पिछले सर्दियाँ मानसून शुरू हो गया, फिर दरिया नहीं क्रॉस किए जाएंगे, तो काबुल का साडा जोड़ा मामला वो बड़ा खतरनाक तिकर खराब ना हो जाए, तो बेहतर है अगर असी अगले साल इन्हों का हिसाब करा। तो जनाब राणा साहब नैक्सट ईयर आया,
ਲਾਹੌਰ ਨਹੀਂ ਰੁਕਿਆ, ਸਿੱਧਾ ਅੰਮ੍ਰਿਤਸਰ ਗਿਆ ਅਤੇ ਅੰਮ੍ਰਿਤਸਰ ਜਾ ਕੇ ਇਹਨੇ ਗੋਲਡਨ ਟੈਂਪਲ ਅਤੇ ਗਿਰਦਨਵਾ ਪਿੰਡਾਂ ਨੂੰ ਤਬਾਹ ਕਰ ਦਿੱਤਾ ਅਤੇ ਗੋਲਡਨ ਟੈਂਪਲ ਨੂੰ ਦਰਬਾਰ ਸਾਹਿਬ ਨੂੰ ਇਹਨੇ ਬਾਰੂਦ ਲਾ ਕੇ ਦਰਬਾਰ ਸਾਹਿਬ ਉਡਾ ਦਿੱਤਾ।